ਸਰਕਾਰ ਫਰਮਾਉਂਦੀਆਂ ਨੇ ਮੈਂ ਆਪਣੇ ਉਜਰੇ 'ਚ ਬੈਠੀ ਹਾਂ, ਯਕਦਮ ਦਰਵਾਜ਼ਾ ਖੁੱਲਿਆ, ਇੱਕ ਬਦਲੀ ਦਾ ਟੁਕੜਾ ਬਦਲ ਕਰਕੇ ਅੰਦਰ ਆਇਆ। ਇਹ ਮੇਰੇ ਲਾਲ ਦੀ ਚਾਰ ਪਈ ਤੇ ਇੰਜ ਖਲੋ ਗਿਆ ਜਿਵੇਂ ਛੱਤਰ ਨਹੀਂ ਚਾਲੀਦਾ, ਤੇ ਮੈਂ ਵੇਹਨੀ ਆ ਪਈ। 2 ਮਿੰਟ ਗੁਜ਼ਰੇ ਨੇ, ਉਹ ਫੁਰ ਕਰਕੇ ਬਾਹਰ ਨਿਕਲਿਆ, ਜਾਂ ਵੇਖਿਆ ਤੇ ਮੇਰੇ ਬੇਟੇ ਦੀ ਮੰਜੀ ਖਾਲੀ। ਜਿਹਦਾ ਗੁਲਾਮ ਮੁਸਤਫਾ ਗਵਾਚ ਜਾ ਉਹ ਰੋਂਦੀ ਹੈ, ਤੇ ਜਿਹਦਾ ਮੁਸਤਫਾ ਗੁੰਮ ਹੋ ਜਾ। ਕੋਈ ਲੁਤਫਾਇਆ ਗੱਲ ਕਿ ਨਹੀਂ? ਬੋਲ ਕੇ ਕਹਿੰਦੇ ਨੇ, ਅੰਮਾ ਜੀ ਇੱਕ ਬਦਲੀ ਦਾ ਟੁਕੜਾ ਆਇਆ ਮੇਰੀ ਚਾਰ ਪਾਈ ਤੇ, ਤੰਗ ਕੇ ਖੜਾ ਹੋ ਗਿਆ, ਲਾਦੇ ਤੋਂ ਬਾਅਦ ਬਾਹਰ ਨਿਕਲੇ ਕਿ ਮੇਰੇ ਬੇਟੇ ਦੀ ਮੰਜੀ ਖਾਲੀ। ਮੈਂ ਵੀ ਆਨੀ ਹਾਂ, ਸਰਦਾਰ ਅਬਦੁਲ ਮੁਤਲਬ ਤੁਸੀਂ ਕਾਬੇ ਗਏ ਹੋ, ਮੇਰੇ ਬੇਟੇ ਨੂੰ ਕੋਈ ਲੈ ਗਿਆ? ਕੰਨ ਚ ਆਵਾਜ਼ ਆਈ, ਲੈ ਜਾਓ ਪਹਿਲੇ ਜੰਨਤ ਦੀ ਮਖਲੂਕ ਨੂੰ ਵਿਖਾਓ, ਲੈ ਜਾਓ ਫਿਰ ਜੰਗਲਾਂ ਦੀ ਮਖਲੂਕ ਨੂੰ ਵਿਖਾਓ, ਲੈ ਜਾਓ ਫਿਰ ਦਰਿਆਵਾਂ ਦੀ ਮਖਲੂਕ ਨੂੰ ਵਿਖਾਓ, ਲੈ ਜਾਓ ਫਿਰ ਹਵਾਵਾਂ ਦੀ ਪਰਿੰਦਿਆਂ ਨੂੰ ਵਿਖਾਓ। ਕੱਲ ਕੋਈ ਇਹ ਨਾ ਕਵੇ ਯਾ ਅੱਲਾ ਅਸੀਂ ਵੇਖਿਆ ਨਹੀਂ ਸੀ। ਤੁਹਾਡੇ ਪਿੰਡ 'ਚ ਤਕਰੀਰ ਦਾ ਰਿਵਾਜ਼ ਨਹੀਂ ਹੈਗਾ, ਹੱਥ ਇੰਜ ਕਰਕੇ ਬੈਠੇ ਜਿਵੇਂ ਕੁੱਲ ਖਾਣੀ ਜਨਾਨੀ ਬੈਠੀ ਹੁੰਦੀ ਹੈ? ਜਸ਼ਨ ਰਸੂਲ ਦਾ ਅੱਗੋਂ ਨਾ ਸੱਦੋ, ਮੈਂ ਤੇ ਆਕੜਿਆ ਖਦੀਬ ਮੌਜ ਨਾਲ ਆਉਣਾ ਵਾ, ਤੇ ਉੱਥੇ ਪੜਨਾ ਜਿੱਥੇ ਗਾਹ ਕੌਣ ਸੁਣਨ ਵਾਲੇ। ਫਿਰ ਸਮਝ, ਲੈ ਜਾਓ ਜੰਗਲਾਂ ਦੀ ਮਖਲੂਕ ਨੂੰ ਵਿਖਾਓ, ਲੈ ਜਾਓ ਅਸਮਾਨ ਦੇ ਫਰਿਸ਼ਤਿਆਂ ਨੂੰ ਵਿਖਾਓ, ਲੈ ਜਾਓ ਦਰਿੰਦਿਆਂ ਨੂੰ ਵਿਖਾਓ, ਲੈ ਜਾਓ ਸਮੁੰਦਰ ਦੀ ਮਖਲੂਕ ਨੂੰ ਵਿਖਾਓ, ਲੈ ਜਾਓ ਉੱਡਣ ਵਾਲਿਆਂ ਪਰਿੰਦਿਆਂ ਨੂੰ ਵਿਖਾਓ। ਕੱਲ ਕੋਈ ਇਹ ਨਾ ਆਖੇ ਮੈਂ ਵੇਖਿਆ। ਚਲੋ ਵੇਖਣ ਦੀ ਗੱਲ ਕਰ, ਵੇਖਣ ਮਦੀਨੇ ਦੇ ਬਾਹਰ ਇੱਕ ਟਿੱਬਾ ਮਦੀਨੇ ਦੇ ਬਾਹਰ, ਤੇ ਇੱਕ ਬੈਠਾ ਜੰਗਲੀ ਜਿਹਦੇ ਮੋਢੇ ਤੇ ਸੋਟਾ, ਤੇ ਅੱਗੇ ਬੱਕਰੀਆਂ ਕਹਿੰਦਾ ਛੇ ਛੇ ਬੱਕਰੀਆਂ ਚਾਰਦਾ ਪਿਆ, ਮੌਜ ਨਾਲ ਬੈਠਾ ਹੈ ਤਗੜਾ। ਇੱਕ ਬਗਿਆੜੀ ਤੇ ਬਗਿਆੜ ਕੋਲੋਂ ਲੰਘੇ, ਬਗਿਆੜੀ ਕਹਿੰਦੀ ਕਰਮਾਂ ਵਾਲਿਆ ਲੇਲੇ ਬੜੇ ਕੂਲੇ ਨੇ, ਜੇ ਇੱਕ ਚੁੱਕੇ ਉਹ ਨਾਸ਼ਤਾ ਬੜਾ ਕਰਦਾ। ਬਗਿਆੜ ਕਹਿੰਦਾ ਸੋਟਾ ਵੇਖੀ ਉਹਦੇ ਹੱਥ, ਉਹਨੇ ਕਿਹਾ ਤੂੰ ਮਰ ਯਾ ਜੀ, ਆਈ ਵਾਂਟ ਲੇਲਾ, ਮੈਨੂੰ ਲੇਲਾ ਚਾਹੀਦਾ। ਉਹਨੇ ਕਿਹਾ ਠੀਕ ਕਰਦਾ ਕੁਝ, ਇਹ ਪਿਆਛਾ ਮਾਰ ਕੇ ਲੇਲਾ ਚੁੱਕਿਆ। ਉਹਦਾ ਸੀ ਨਾ ਕੀ ਉਹਨੂੰ ਕਹਿੰਦੇ ਨੇ ਉਹ ਅਜਾਲੀ ਛੇੜੂ, ਉਹਨੇ ਸੁੱਟ ਕੇ ਹਲਾ, ਉਹਨੇ ਪਸਰੀ ਸੁੱਟਿਆ ਕਿ ਸੋਟਾ ਤੇ ਲੇਲਾ ਖੋਲਿਆ। ਆਂਜ ਕਰਕੇ ਹੁਣ ਖੁਸ਼ ਹੈ, ਉਹਨੇ ਕਿਹਾ ਨਾ ਲੇਲਾ ਲਿਆ। ਇਹਨੇ ਫਿਰ ਵਿਚਾਰੇ ਨੇ ਛਈ ਮਾਰੀ, ਉਹ ਉੱਥੇ ਬੈਠਾ ਸੀ, ਉਹਨੇ ਵੱਟਾ ਸੁੱਟਿਆ ਦੇ ਸਿਰੇ 'ਚ, ਐਂਜ ਕਰਦਾ ਆ ਗਿਆ ਕਹਿੰਦਾ ਜਾਣ ਦੇ। ਉਹਨੇ ਕਿਹਾ ਨਾ, ਉਹਨੇ ਕਿਹਾ ਜੇ ਨਹੀਂ ਤੇ ਇੱਕ ਪਾਸੋਂ ਮੈਂ ਪਈ ਨਾ, ਇੱਕ ਪਾਸੋਂ ਤੂੰ ਪੋ, ਮੈਂ ਇਕੱਲਾ ਹੀ ਨਾ ਲਿੱਤਰ ਖਾਵਾਂ। ਇੱਕ ਪਾਸੋਂ ਇਹਨੇ ਲੇਲਾ ਚੁੱਕਿਆ, ਇੱਕ ਪਾਸੋਂ ਬਗਿਆੜੀ ਨੇ ਚੁੱਕਿਆ। ਉਹਨੇ ਸੋਟਾ ਫਿਰ ਕੇ ਇਹਦੇ ਕੋਲੋਂ ਖੋ ਲਿਆ, ਵੱਟਾ ਮਾਰ ਕੇ ਉਹਦੇ ਕੋਲੋਂ। ਬਗਿਆੜ ਪਿਛਲੀਆਂ ਲੱਤਾਂ ਥੱਲੇ ਤੇ ਅਗਲੀਆਂ ਚੁੱਕ ਕੇ ਬੋਲ ਕੇ ਅਰਬੀ 'ਚ ਕਹਿੰਦਾ, ਕਿੱਡਾ ਜ਼ਾਲਮ ਏ ਓਏ, ਰੱਬ ਰਿਜ਼ਕ ਦਿੰਦਾ ਤੂੰ ਖੋ ਲੈਂਦਾ, ਕਿੱਡਾ ਜ਼ਾਲਮ ਏ, ਰੱਬ ਰਿਜ਼ਕ ਦਿੰਦਾ ਤੂੰ ਖੋ ਲੈਂਦਾ। ਉਹ ਅਰਬੀ ਜੰਗਲੀ ਚਰਵਾਇਆ ਕਹਿਣ ਲੱਗਾ, ਤਾਂ ਕਲਮ ਓਏ ਤੂੰ ਬੋਲ ਵੀ ਲੈਂਦਾ, ਉਹ ਤੂੰ ਬਗਿਆੜ ਹੋ ਕੇ ਬੋਲ ਵੀ ਲੈਂਦਾ। ਅੱਗੋਂ ਬੋਲ ਕੇ ਕਹਿੰਦਾ ਉਹ ਚੱਲਿਆ ਬੇਫੂਬਾ ਨਦਾਨਾ, ਮੇਰੇ ਬੋਲਣ ਤੇ ਹੈਰਾਨ ਹੋਣਾ, ਜਿਹੜਾ ਮਦੀਨੇ ਬੋਲਦਾ ਉਹਦੀ ਸੁਣੀ ਨਹੀਂ ਹੋ। ਤੇਰੇ ਨਾਲ ਦੇ ਹੱਥ ਦੇ ਤਾਂ ਵੱਖੀ ਚ ਮੁੱਕ ਮਾਰ, ਤੂੰ ਉਹਨੂੰ ਘਰ ਜਾ ਕੇ ਬਈ ਕੋਲ ਸੌ, ਮੇਰੇ ਬੋਲਣ ਤੇ ਹੈਰਾਨ ਨੇ, ਜਿਹੜਾ ਮਦੀਨੇ ਬੋਲਦਾ ਸੁਣ। ਬਗਿਆੜ ਦਾ ਕੀਦਾ ਪੀਰ ਸਾਹਿਬ ਸੁਣੋ, ਆਖੀ ਬੋਲਦਾ, ਇਹ ਬੋਲ ਕੇ ਕਹਿੰਦਾ ਕੀ ਬੋਲਦਾ? ਕੁਰਾਨ ਦੀ ਕਸਮੇ ਬਗਿਆੜ ਆਉਂਦਾ ਦੀ ਸਜਾਉਂਦੇ, ਉਹਨੇ ਕਿਹਾ ਜੋ ਹੋ ਗਿਆ ਉਹ ਵੀ ਦੱਸਦਾ, ਜੋ ਕਿਆਮਤ ਤੱਕ ਹੋਣਾ ਉਹ ਵੀ ਬਹੁਤ
ਪਾਕਿਸਤਾਨੀ ਬਗਿਆੜਾ, ਤੂੰ ਨਹੀਂ ਮੰਨਦਾ ਮਦੀਨੇ ਦਾ ਬਗਿਆੜ ਆਂਦੇ ਗਾਇਬ ਜਾਣਦਾ। ਹੱਥ ਖੜੇ ਕਰਕੇ ਸੁਭਾਨ ਅੱਲਾਹ ਕਹਿ, ਨਾਰਾ ਰਿਸਾਲਤ, ਨਾਰਾ ਰਿਸਾਲਤ, ਨਾਰਾ ਰਿਸਾਲਤ, ਨਾਰਾ ਹੈਦਰੀ। ਇਹ ਹੀ ਜਸ਼ਨ, ਸੋਗ ਮਨਾਉਣਾ ਜਨਾਨੀਆਂ ਦਾ ਕੰਮ ਹੁੰਦਾ, ਜਸ਼ਨ ਪੜਨਾ ਮਰਦਾਂ ਦਾ ਕੰਮ ਹੁੰਦਾ। ਉਹਨੇ ਕਿਹਾ ਜੋ ਹੋ ਗਿਆ ਉਹ ਵੀ ਦੱਸਦੇ, ਜੋ ਹੋਣਾ ਸਾਰੇ ਬੋਲੇ ਜੋ ਹੋਣਾ। ਉਹ ਜੰਗਲੀ ਕਹਿੰਦਾ ਵਟ ਸ਼ੁਡ ਆਈ ਡੂ, ਫਿਰ ਮੈਂ ਕੀ ਕਰਾਂ। ਲਖਦੀ ਲਾਨਤੀ ਸੋਟਾ ਸੁੱਟ ਜਾ ਕਲਮਾ ਪੜ, ਆਏ ਹਾਏ ਜਾ ਸੋਟਾ ਸੁੱਟ ਕਲਮਾ ਪੜ। ਉਹ ਕਹਿੰਦਾ ਤੇ ਮੇਰੀਆਂ ਬੱਕਰੀਆਂ, ਬਗਿਆੜ ਕਹਿੰਦਾ ਤੂੰ ਕਲਮਾ ਪੜ ਅਸੀਂ ਚਾਰਦੇ ਹਾਂ। ਉਹਨੇ ਕਿਹਾ ਸ਼ਾਬਾਸ਼, ਤਿੰਨ ਵਾਰੀ ਤੇਰੇ ਕੋਲੋਂ ਲੇਲਾ ਖੋਇਆ, ਇੱਕ ਵਾਰੀ ਤੇਰੀ ਜਨਾਨੀ ਕੋਲੋਂ, ਤੂੰ ਤੇ ਸਾੜੀਆਂ ਪਾੜ ਦੇਂਗਾ। ਉਹਨੇ ਕਿਹਾ ਅੱਗੇ ਗੱਲ ਸੀ ਹੋਰ, ਇੱਕ ਵਾਰੀ ਮੁਸਤਫਾ ਨੂੰ ਮੰਨਣ ਦਾ ਵਾਅਦਾ ਕਰ ਤੇ ਗਿਣ ਕੇ ਦੇ ਜਾ। ਉਹਨੇ ਕਿਹਾ ਇੱਕ ਵਾਰੀ ਵਾਅਦਾ ਕਰ ਤੇ ਗਿਣ ਕੇ ਦੇ ਜਾ, ਜੇ ਕੋਈ ਸੂ ਪਈ ਤੇ ਵਾਅਦਾ ਮਿਲੇਗਾ, ਨਹੀਂ ਤੇ ਪੂਰੀਆਂ ਲਈ। ਸਦਕੇ ਉਸ ਚ ਰਵਾਇਤ ਉਹਨੇ ਕਹੇ ਆਪੇ ਸੋਟਾ ਤੇ ਮੈਂ ਚਲ ਬਗਿਆੜੀ ਨਿਕਲਗਾ, ਚੀਰ ਦਿਆਂਗਾ ਜੇ ਕਿਸੇ ਵੱਲ ਭੈੜੀ ਅੱਖ ਵੇਖੀ। ਹੁਸੈਨ ਦਾ ਨਾਨਾ ਜ਼ਾਮਨ ਹੀ, ਆਏ ਹਾਏ ਇਧਰੋਂ ਮੈਂ ਚਾਰਨਾ ਇਧਰ ਤੂੰ। ਜਦੋਂ ਕੋਈ ਲੇਲਾ ਬਾਹਰ ਨਿਕਲਣ ਕਹਿੰਦਾ ਤੇਰੀ ਕਿਸਮਤ ਚੰਗੀ ਅਸੀਂ ਜ਼ਬਾਨ ਦੇ ਕੇ ਬੈਠੇ, ਜਾ ਕੰਮ। ਇਹ ਟੁੱਟ ਪਿਆ ਯਾਰੀ ਆ ਗਿਆ ਮਦੀਨੇ, ਅੱਗੇ ਜਬ ਹੁਸਨ ਥਯੁਨ ਕਾ ਜਲਵਾ ਨੁਮਾ ਅਨਵਾਰ, ਜਬ ਹੁਸਨ ਥਯੁਨ ਕਾ ਜਲਵਾ ਨੂੰ, ਮੌਲਵੀ ਹੱਥ ਖੋਲ, ਜਬ ਹੁਸਨ ਥਯੁਨ ਕਾ ਜਲਵਾ ਨੁਮਾ ਅਨਵਾਰ ਕਾ ਆਲਮ ਕਿਆ ਹੋਗਾ, ਬਿਨ ਦੇਖੇ ਫਿਦਾ ਹੈ ਹਰ ਕੋਈ ਦੀਦਾਰ ਕਾ ਆਲਮ। ਜਬ ਖਿਦਮਤ ਮੇ ਉਨਕੀ ਬੈਠਤੇ ਥੇ ਅਬੂ ਬਕਰੋ ਉਮਰ ਉਸਮਾਨ ਅਲੀ ਉਸ ਵਕਤ ਮੁਹੰਮਦ ਅਰਬੀ ਕੇ ਦਰਬਾਰ ਕਾਯਾ, ਉਸ ਵਕਤ ਮੁਹੰਮਦ ਅਰਬੀ ਕੇ ਦਰਬਾਰ ਕਾਯਾਲਮ। ਜੇ ਲੁਤਫ ਆਉਂਦਾ ਤੇ ਪੜ੍ਹਦਾ ਰਵਾਂ, ਨਹੀਂ ਤੇ ਮੇਰੀ ਹਾਜ਼ਰੀ ਤੇ ਹੋ ਗਈ, ਬਸ ਕਰਾਂ ਬਸ ਕਰਾਂ। ਇਹ ਆਇਆ ਹੈ ਪੀਰ ਜੀ, ਇਹਨੇ ਇੱਕ ਸਿਹਾਬੀ ਦੇ ਮੋਢੇ ਹੁਣ ਸਵਾਦ ਲਈ ਹੱਥ ਰੱਖ ਕੇ ਕਹਿੰਦਾ, ਮਨ ਨਬੀਓ ਕੁਮ ਫੀ ਕੁਮ, ਤੁਹਾਡਾ ਨਬੀ ਕਿਹੜਾ ਹੈ? ਰਸੂਲ ਉੱਚੇ ਨਹੀਂ ਸਨ ਬਹਿੰਦੇ, ਵਿੱਚ ਬਹਿੰਦੇ ਸਨ। ਓਏ ਹੋਏ ਹੋਏ ਹੋਏ, ਨਬੀ ਕਿਹੜਾ? ਅਗਰ ਉਹ ਸਵਾਬੀ ਅੱਜ ਲੱਭ ਜਾਣਾ ਉਹਦੀ ਜੁੱਤੀ ਚੁੰਮਾ। ਉਹਨੇ ਕਿਹਾ ਜੇ ਮੈਂ ਦੱਸਿਆ ਨਾ, ਓਏ ਚੱਸ ਨਹੀਂ ਆਉਣੀ, ਇੱਕ ਇੱਕ ਦਾ ਮੂੰਹ ਵਹਿੰਦਾ ਜਾ, ਜਿਹਦੇ ਚਿਹਰੇ ਦਾ ਤਵਾਫ ਚੰਨ ਕਰ ਰਿਹਾ ਹੋਵੇ ਨਾ, ਸਮਝ ਲਈ ਉਹ ਸਾਡਾ ਨਬੀ। ਇਹ ਪਹਿਲੇ ਸਾਬੀ ਦੇ ਨੇੜਾ ਕਹਿੰਦਾ ਇਹ ਨਹੀਂ, ਦੂਜਾ ਉੱਥੇ ਆ ਗਿਆ ਜਿੱਥੇ ਲਜਪਾਲ ਬੈਠੇ ਸੀ। ਇੱਕ ਵਾਰੀ ਹੱਥ ਖੜੇ ਕਰ, ਉੱਥੇ ਆ ਗਿਆ ਜਿੱਥੇ ਮਦਨੀ ਲੱਜ ਇੰਜ ਵੇਖ ਕੇ ਕਹਿੰਦਾ ਲੱਭ ਲੈ। ਬੋਲੀ ਕੀ ਕਹਿੰਦਾ ਖਾਜਾ ਜਵੇਰੀ ਦੀ ਜ਼ਬਾਨ ਚ ਬੋਲ, ਕਹਿੰਦਾ ਮਾਰ ਡਾਲਾ ਨਜ਼ਰੀਆ ਆ ਮਿਲਾਈ ਕੇ, ਮਾਰ ਡਾਲਾ ਸੁਰਤੀਆ ਦਿਖਾਈ ਕੇ, ਮਾਰ ਡਾਲਾ ਨਜ਼ਰੀ ਕਿਸ ਬੇਸਵਾਦੀ ਮਹਿਫਲ ਚ ਬੁਲਾ ਲਈ, ਮਾਰ ਡਾਲਾ ਨਜ਼ਰੀਆ ਆ ਮਿਲਾਈ ਕੇ, ਮਾਰ ਡਾਲਾ ਸੁਰਤੀਆ ਕਹਿਣ ਲੱਗਾ ਲੱਭ ਲਿਆ ਏ।
ਮੇਰੇ ਨਬੀ ਨੇ ਕਿਹਾ ਕੌਣ ਹੈ ਜੀ ਛੇੜੂ, ਕਿੱਥੋਂ ਆਇਆ, ਜੰਗਲੀ ਚੋਂ, ਕੀ ਕਰਨਾ ਹੈ, ਕਲਮਾ ਪੜਨਾ ਆਇਆ, ਕਿੰਨੇ ਕੱਲੀ ਆਈ। ਕਹਿਣ ਲੱਗਾ ਬਗਿਆੜ ਜਸ ਇੱਥੇ ਸੀ ਜਿੱਥੇ ਤੇਰੇ ਹੱਥ ਥੱਲੇ ਆ, ਜਸ ਇੱਥੇ ਆ ਜਿੱਥੇ ਤੇਰਾ ਹੱਥ ਥੱਲੇ ਆ। ਬੋਲਿਆ ਨੀ, ਫਿਰ ਇੱਕ ਵਾਰੀ ਸੋਚ, ਕਿੱਥੋਂ ਆਇਆ, ਜੰਗਲੀ ਚੋਂ, ਕੀ ਲੈਣ ਆਇਆ, ਕਲਮਾ ਪੜਨ ਆਇਆ, ਕਿੰਨੇ ਕੱਲੀ ਆਈ, ਬਗਿਆੜ। ਸਿਆਬਾ ਕਹਿਣ ਲੱਗੇ, ਸੁਭਾਨ ਅੱਲਾ, ਸੁਭਾਨ ਅੱਲਾ। ਵਿੱਚ ਉੱਲੂ ਦਾ ਪੱਠਾ ਬੈਠਾ ਸੀ ਇੱਕ, ਜਿਹਦਾ ਨਾਮ ਅਬਦੁੱਲਾ ਇਬਨ ਉਬਈ ਹੈ। ਇਹਦੇ ਵੀ ਉਹਨੇ ਕਿ ਲੈ, ਕਦੀ ਬਗਿਆੜ ਵੀ ਕਰਦੇ ਨੇ। ਤੂੰ ਬੋਲਿਆ ਨੀ ਯਾਰ, ਕਦੀ ਬਗਿਆੜ ਵੀ ਕਰਦੇ ਨੇ। ਜਾਂ ਮੇਰੇ ਨਬੀ ਦੇ ਕਾਨੇ ਚ ਆਵਾਜ਼ ਵੀ ਫਰਮਾਇਆ, ਅਬੂ ਬਕਰ ਉੱਠ, ਉਮਰ ਉੱਠ, ਪੁੱਤਰ ਅਯੋ ਜਿਹਾ ਖਤੀਬ ਬਣੀ, ਉਸਮਾਨ ਉੱਠ, ਅਲੀ ਉੱਠ, ਅੱਗੇ ਮੈਂ ਲੱਗਣਾ, ਪਿੱਛੇ ਤੁਸੀਂ ਲੱਗੋ, ਆਓ ਵੇਖੀਏ ਬਗਿਆੜ ਕਿਵੇਂ ਚਾਰਦਾ। ਓ ਖੁਦਾ ਦਾ ਵਾਸਤੇ ਹੱਥ ਲਾਓ, ਇੱਕ ਵੀਡੀਓ ਆਪ ਹੀ ਬਣਦੀ, ਇਹਨਾਂ ਦੇ ਪੈਸੇ ਲੈਣੇ ਯੂਟਿਊਬ ਕੋਲੋਂ, ਯੂਟਿਊਬਰ ਹਰ ਜਗ੍ਹਾ ਹੀ ਹੁੰਦੇ ਨੀ। ਤੂੰ ਦੇਖ ਇੱਕ ਵੀਡੀਓ ਫਰਿਸ਼ਤੇ ਬਣਾ ਰਹੇ ਜਿਹੜੀ ਉੱਤੇ ਜਾਣੀ ਹੈ, ਜੇ ਹਜ਼ਰਤ, ਬਾਕੀ ਤੇ ਨੇ ਸੌਖੇ, ਜੇ ਹਜ਼ਰਤ ਉਮਰ ਨੇ ਵੇਖ ਲੈਣਾ, ਬਿੱਜੂ ਵੀ ਵਿੱਚ ਸੀ ਬੂਥੀ ਬਣਾ ਕੇ, ਬਾਕੀ ਮਾਫ ਕਰਦੇ ਨੂੰ ਉਮਰ ਮਾਫ ਨਹੀਂ ਉਹ ਕਰਦਾ, ਨਾ ਨਾ, ਉਮਰ ਦਾ ਸੋਟਾ ਫਿਰ ਗਿਆ, ਕੱਖ ਨਹੀਂ ਰਹਿਣਾ ਤੇਰਾ। ਅੱਜ ਜਸ਼ਨ ਮਨਾਓ, ਅੱਜ ਅੱਜ ਲੈ ਉਨਕੀ ਪਣਾ, ਆਜ ਮਦਦ ਮਾਂ ਸੇ, ਅੱਜ ਮੌਕੇ ਆਜ ਲੈ ਉਨਕੀ ਪਣਾ, ਆਜ ਕੱਲ ਨਾ ਮਾਂ ਨੀਂਗ ਕਿਆਮਤ ਮੇ ਅਗਰ ਮਾਂ। ਆ ਸੁਣ ਗੌਰ ਦੇ ਨਾਲ, ਮੇਰੇ ਨਬੀ ਨੇ ਕਿਹਾ ਅੱਗੇ ਮੈਂ ਲੱਗਣਾ, ਪਿੱਛੇ ਤੁਸੀਂ ਲੱਗੋ। ਇਸ ਪਿੰਡ ਦਾ ਨੰਬਰ 41 ਚੱਕਵਾ ਲਿਓ ਨਾ, ਬਸ ਬਸ। ਓ ਭਾਈ, ਓ ਲੋ ਟੋਟ ਪੈ ਅੱਗੇ ਨਬੀ, ਫਿਕਰਾ ਲੱਗਾ ਬੋਲਣ ਤੇ ਤੇਰੇ ਮੂੰਹ ਤਾਂ ਰੱਖੀ। ਸੱਲੱਲਾ ਅੱਗੇ ਆ, ਰਜ਼ੀ ਅੱਲਾ ਪਿੱਛੇ ਨੇ, ਬੋਲਿਆ ਨੀ ਤੇ। ਸੱਲੱਲਾ ਅੱਗੇ ਆ, ਰਜ਼ੀ ਅੱਲਾ ਪਿੱਛੇ ਨੇ, ਫਿਕਰਾ ਲੱਗਾ ਬੋਲਣ ਬੇਨਾ ਦਾਦ ਕਿਹੜਾ ਦਿੰਦਾ। ਸੱਲੱਲਾ ਅੱਗੇ ਨੇ ਤੇ ਰਜ਼ੀ ਅੱਲਾ ਪਿੱਛੇ ਨੇ, ਸੱਲੱਲਾ ਇੱਕੇ, ਰਜ਼ੀ ਅੱਲਾ ਹਜ਼ਾਰ ਏ, ਹਜ਼ਾਰ ਮਿਲ ਕੇ ਵੀ ਸੱਲੱਲਾ ਦੀ ਮਿਸਲ ਨਹੀਂ। ਮੌਲਵੀ ਤੂੰ ਤੇ ਜੇ ਰਾਮਤੁੱਲਾ ਵੀ ਨਹੀਂ ਬਣਿਆ, ਕਾਹਦੀ ਆਕੜੀ ਓਏ, ਮਸੀਤ ਦੇ ਟੁਕੜਿਆਂ ਦੇ ਪਲਣ ਵਾਲਿਆ ਆਕੜ ਕਾਹਦੀ, ਰਸੂਲ ਦੇ ਨਾਂ ਤੇ ਜੱਲੀਆਂ ਪਾਏ, ਨਜ਼ਮ ਸ਼ਾਹ ਵਾਂਗੂ ਮੁਲਕਾਂ 'ਚ ਤੇਰੀਆਂ ਧੁੰਮਾਂ ਪੈ ਜਾਣਗੀਆਂ। ਆਜ ਲੈ ਉਨਕੀ ਪਨਾ, ਆਜ ਕੱਲ ਨਾ ਮਾਨੇਗੇ ਕਯਾ, ਨੇਮਤੇ ਬਾਂਟਤਾ ਜਿਸ ਸੰਤ ਵੋ ਸ਼ੀਸ਼ਾਨ ਗਇਓ, ਸਾਥੀ ਕੀ ਮੁਨਸ਼ੀ ਰਹਿਮਤ ਕਾ ਕਲਮ। ਜਾਂ ਇਮਾਮ ਉਲੰਬੀਆ ਨੇੜੇ ਪਹੁੰਚੇ, ਇੱਕ ਕਿਲੇ ਦਾ ਫਾਸਲਾ ਤੇ ਉਹ ਬਗਿਆੜ ਬੱਕਰੀਆਂ ਚਾਰਦਾ ਹੁਣ ਜਾਗੀ ਨਜ਼ਰ ਆਇਆ। ਹੁਣ ਨਬੀ ਨੇ ਕੀ ਕੀਤਾ, ਇੱਕ ਵੱਟਾ ਸੀ ਹਜ਼ੂਰ ਉੱਤੇ ਬਹਿ ਗਿਆ, 20 ਸਿਆਬਾਂ ਨੂੰ ਕਿਹਾ ਮੇਰੇ ਚਾਰ ਚੁਫੇਰੇ ਖਲੋ ਜੋ, ਮੈਂ ਵਿੱਚ ਲੁਕ ਜਾਂ। ਮੈਂ ਹੱਥ ਜੋੜ ਕਿਹਾ ਮੌਲਾ ਤੂੰ ਖੁਦਾਈ 'ਚ ਨਹੀਂ ਲੁਕਿਆ, ਇਹ ਵੀ ਕੀ ਲੁਕਾਣਗੇ, ਫਿਕਰਿਆਂ ਦੀ ਕੀਮਤ ਮਿਲਦੀ ਆ ਸ਼ਹਿਰਾਂ 'ਚ।
ਖੁਦਾ ਦੀ ਕਸਮ, ਇਸੇ ਗੱਲੋਂ ਤੇ ਮੈਂ ਮਸ਼ਹੂਰ ਹਾਂ, ਲੋਕੀ ਜੁਮਲੇ ਹੀ ਤੇ ਸੁਣਦੇ ਨੇ, ਸੋਹਣਿਆ ਤੂੰ ਖੁਦਾਈ ਚ ਨਹੀਂ ਲੁਕਿਆ, ਵੀਆਂ ਚ ਇਹ ਮੇਰੇ ਚਾਰ ਸ਼ੇਰੇ ਖਲੋ, ਤੁਸੀਂ ਵੀ ਉੱਥੇ ਟੋਲਾ ਬਣਾ, ਤੁਸੀਂ ਵੀ ਉੱਥੇ, ਤੁਸੀਂ ਵੀ ਉੱਥੇ। ਉਹ ਜਿਹੜਾ ਛੇੜੂ ਸੀ ਉਹਨੂੰ ਨਬੀ ਨੇ ਕਿਹਾ ਇਹ ਉਰਾ। ਫਿਰ ਇੱਕ ਵਾਰੀ ਪਾਉਂਦੇ ਛੇੜੂ ਨੂੰ ਕੀ ਕਿਹਾ? ਉਰਿਆ। ਉਹਨੇ ਕਿਹਾ ਜੀ ਯਾ ਰਸੂਲਾ। ਫਰਮਾਇਆ ਚੂਕੇ ਬਗਿਆੜ ਤੇਰੇ ਨਾਲ ਬੋਲਦਾ, ਹੋਰ ਕਿਸ ਨਾਲ ਬੋਲਦਾ ਨਹੀਂ, ਤੂੰ ਜਾ ਤੇ ਉਹਨੂੰ ਜਾ ਕੇ ਕਹਿ ਮੈਂ ਸਾਰੇ ਮਦੀਨੇ ਦੇ ਬੰਦੇ ਲੈ ਆ, ਨਾਲ ਚੱਲ, ਇਹਨਾਂ ਚ ਲੱਭ ਕੇ ਦੱਸ ਕਿਹੜਾ ਹੈ ਜਿਹਦਾ ਕਲਮਾ ਪੜ ਪੜ ਆਜ ਲੈ ਉਨਗੀ ਆਜ ਮਦਦ। ਭਾਬੀ ਵੀ ਹੱਥ ਖੜੇ ਕਰੋ। ਆਜ ਲੈ ਕੀ ਪਨਾ ਆਜ ਮਦਦ ਕੱਲ ਨਾ ਮਾਂ। ਤਿੰਨ ਸਾਲ ਯੂਸਫ ਮੇਮਨ ਦੀ ਨਾਤ ਹੁੰਦੀ ਸੀ, ਗੌਸ ਦਾ ਮਿੰਬਰ ਬਗਦਾਦੀ ਤੇ ਨਜ਼ਮ ਸ਼ਾਹ ਦਾ ਖਿਤਾਬ ਹੁੰਦਾ ਸੀ। ਕਿਆ ਬਾਤ ਹੈ, ਜਿੱਥੇ ਦੁਨੀਆ ਦੇ ਮੁਫਤੀ ਬੈਠੇ ਹੁੰਦੇ ਪੜ੍ਹਨ ਦੀ ਚਾਹ ਸੀ ਉੱਥੇ ਹੁੰਦੇ। ਆਜ ਲੈ ਆਜ ਮਦਦ ਮਦਦ। ਉਹਨ ਤੁਰ ਪਿਆ ਛੇੜੂ, ਬਗਿਆੜ ਨੇ ਵੇਖਿਆ ਵੀ ਆਉਂਦਾ ਪਿਆ, ਭੱਜ ਪਿਆ। ਅੱਗੋਂ ਵੇਖ ਕੇ ਕਹਿੰਦਾ ਲੱਖ ਦੀ ਲਾਨਤੀ ਅਜਿਹੀ ਕਾਫਰ ਹੈ। ਓਏ ਹੋਏ ਹੋਏ, ਤੂੰ ਆਪਣੀ ਹੀ ਨਹੀਂ, ਮੈਂ ਕੀ ਪੜ ਗਿਆ। ਉਹਦਾ ਚਿਹਰਾ ਵੇਖ ਕੇ ਕਹਿੰਦਾ ਅਜਿਹੀ ਕਾਫਰ ਹੈ। ਉਹਨੇ ਕਿਹਾ ਮੈਂ ਅਜੇ ਕਲਮਾ ਨਹੀਂ ਪੜਿਆ, ਮੇਰੀ ਗੱਲ ਸੁਣ, ਨਾਰਾਜ਼ ਨਾ ਹੋ। ਉਹ ਵੇਖ ਮੈਂ ਸਾਰਾ ਲੈ ਆ ਮਦੀਨਾ, ਸਿਰਫ ਨਾਲ ਚੱਲ ਕੇ ਦੱਸ। ਮੈਂ ਜ਼ਿੰਦਗੀ 'ਚ ਇਸ ਪਿੰਡ 'ਚ ਗਾਲਬਨ ਪਹਿਲੀ ਵਾਰੀ ਆਇਆ, ਪਹਿਲੀ ਵਾਰੀ ਆਉਣਾ। ਮੈਨੂੰ ਕੁਰਾਨ ਦੀ ਕਸਬੇ ਨਹੀਂ ਪਤਾ ਵੀ ਇੱਧਰ ਕਿਹਦਾ ਘਰ ਹੈ, ਇੱਧਰ ਕਿਹਦਾ ਘਰ ਹੈ, ਤੁਹਾਡੀ ਮਸੀਹ ਦਾ ਮੌਲਵੀ ਕਿਹੜਾ, ਇਮਾਮ ਕਿਹੜਾ ਵੇ, ਤੁਸੀਂ ਕੌਣ ਹੋ, ਆਈ ਡੋਂਟ ਨੋ। ਇਹ ਭੇੜੀਆ ਜੰਮਿਆ ਜੰਗਲੇ 'ਚ, ਕਦੀ ਮਦੀਨੇ ਗਿਆ ਨਹੀਂ, ਨਬੀ ਵੇਖਿਆ ਨਹੀਂ। ਮੈਂ ਜੋ ਪੜ੍ਹਨਾ ਸੀ ਪੜ੍ਹ ਗਿਆ, ਪਰ ਤੇਰੇ ਸੁਣਨ ਤੋਂ ਸਦਕੇ ਜਾਵਾਂ। ਇੱਕ ਮਿੰਟ, ਮੈਂ ਇੱਥੇ ਆਵਾਂ ਤੇ ਮੈਨੂੰ ਕਹੇ ਫਤਿਹ ਦਾ ਘਰ ਕਿੱਥੇ ਆ, ਤੇ ਮੈਂ ਕਹਾਂਗਾ ਵੈਰੀ ਸਾਰੀ। ਕੋਈ ਕਹੇ ਗਾਮੇ ਦਾ ਘਰ ਕਿੱਥੇ ਆ, ਤੇ ਮੈਂ ਕਹਿੰਦਾ ਮੈਨੂੰ ਨਹੀਂ ਪਤਾ। ਇਹ ਜੰਮਿਆ ਜੰਗਲੇ 'ਚ, ਇਹ ਪਲਿਆ ਜੰਗਲੇ 'ਚ, ਕਦੀ ਮਦੀਨੇ ਆਇਆ ਨਹੀਂ, ਲਜਪਾਲ ਨੂੰ ਵੇਖਿਆ ਨਹੀਂ, ਜਾਂ ਉਹਨੇ ਕਿਹਾ ਮੇਰੇ ਨਾਲ ਚੱਲ ਤੇ ਵੇਖ ਕੇ ਦੱਸ ਇਹਨਾਂ ਵਿੱਚ ਕਿਹੜਾ ਹੈ। ਬਗਿਆੜ ਨੇ ਮੁਰਸ਼ਦ ਵੇਖਿਆ, ਬਗਿਆੜੀ ਵੱਲ ਕਹਿਣ ਲੱਗਾ ਤੂੰ ਜਾ ਕੇ ਦੱਸੇਗੀ ਕਿ ਮੈਂ ਜਾਵਾਂ। ਕੋਈ ਲੁਤਫ ਆ ਰਿਹਾ ਕਿ ਬੋਰ ਹੋ ਰਿਹਾ? ਜਿੱਥੇ ਮੈਂ ਛੱਡਾਂਗਾ ਨਾ ਅਗਲੇ ਸਾਲ ਜਿਹੜਾ ਮੌਲਵੀ ਸੱਦੇ ਉਹਨੂੰ ਕਹੀਂ ਇੱਥੋਂ ਅੱਗੇ ਪੜ੍ਹ, ਇੱਥੋਂ ਅੱਗੇ ਪੈਸੇ ਮਰਜ਼ੀ ਦੇ ਮੰਗ ਤੇ ਇਦੋਂ ਅੱਗੇ ਪੜ੍ਹ। ਸੁਣ ਗੌਰ ਦੇ ਨਾਲ, ਬਗਿਆੜ ਟੁਰ ਪਿਆ, ਪਹਿਲੇ ਟੋਲੇ ਦੇ ਕਰੀਬ ਆਇਆ, ਚੱਕਰ ਦਾ ਕੀ ਕਰਦਾ, ਇਹਨਾਂ 'ਚ ਕੋਈ ਨਹੀਂ ਆ। ਦੂਜੇ ਟੋਲੇ ਦਾ ਚੱਕਰ ਲਾਇਆ, ਇਹਨਾਂ 'ਚ ਬੋਲੇਗਾ ਦੱਸ, ਇਹਨਾਂ ਵਿੱਚ। ਤੀਜੇ ਟੋਕਲੇ ਚੱਕਲ ਕਹਿੰਦਾ ਇਹਨਾਂ 'ਚ, ਜਿੱਥੇ ਲਜਪਾਲ ਬੈਠੇ ਸੀ ਆ ਗਏ, ਜਾਂ ਬਗਿਆੜ ਨੇ ਕਿਬਲਾ ਲਾਮਾ ਸਾਹਿਬ ਚੱਕਰ ਲਾਇਆ। ਸੁੰਘ ਕੇ ਕਹਿਣ ਲੱਗਾ ਉਹ ਛੇੜੂਆ, ਇਹਨਾਂ ਵਿੱਚ ਮੁਸਤਫਾ ਕੋਈ ਨਹੀਂ ਹੋ, ਪਰ ਖੁਸ਼ਬੋ ਅੰਦਰੋਂ ਆਉਂਦੀ ਆ। ਆਜ ਲੈ ਇਨਕੀ ਪਨਾ ਆਜ ਮਤ। ਨਾਰਾ ਤਕਬੀਰ, ਨਾਰਾ ਰਸਾਲਤ, ਨਾਰਾ ਹੈਦਰੀ। ਆਜ ਲੈ ਉਨਕੀ ਪਨਾ ਆਜ ਮਦਦ ਮਾਂ ਗੁਨ ਸੇ। ਸਿਰ ਦੇ ਕੇ ਅੰਦਰ ਵੜ ਗਿਆ ਬਗਿਆੜ, ਕਾਕਾ
ਦੇ ਕਰੀਬ ਜਾ ਕੇ ਪੈਰ ਚੁੰਮ ਕੇ ਕਹਿੰਦਾ ਆਈ ਆਈ। ਮੈਨੂੰ ਪੁੱਛ ਵੀ ਨਜ਼ਮ ਸ਼ਾਹ ਇਹਨੇ ਸਮਝਾਤਾ ਕਿਵੇਂ, ਐਵੇਂ ਗੱਲ ਵਿੱਚ ਛੱਡ ਕੇ ਜਾਣ ਨਾਲ ਕੋਈ ਬੰਦੇ ਦਾ ਪੁੱਤਰ ਹੁੰਦਾ? ਤੈਨੂੰ ਪੁੱਛਣਾ ਚਾਹੀਦਾ ਸੀ ਵੀ ਕਦੀ ਆਇਆ ਨਹੀਂ, ਇਹਨੇ ਕਦੀ ਵੇਖਿਆ ਨਹੀਂ, ਇਹਨੇ ਸਮਝਾਤਾ ਕਿਵੇਂ? ਜਿਹੜੀ ਮੈਂ ਗੱਲ ਦੱਸੀ ਸੀ, ਬੱਦਲ ਆਇਆ ਤੇ ਨਬੀ ਨੂੰ ਲੈ ਗਿਆ, ਕੰਨ 'ਚ ਵਾਜ਼ੀ ਲੈ ਜਾਓ ਵਿਖਾਓ, ਲੈ ਜਾਓ। ਨਜ਼ਮ ਸ਼ਾਹ 40 ਸਾਲ ਪਹਿਲਾਂ ਦੀ ਗੱਲ ਹੈ। ਉਹ ਬਘਿਆੜ ਜਿਹੜੇ ਉਸ ਜ਼ਮਾਨੇ ਸੀ ਨਾ, ਮਰਨ ਲੱਗਿਆ ਆਪਣੇ ਬੱਚਿਆਂ ਨੂੰ ਦੱਸ ਗਿਆ ਜਿਹਦੇ 'ਚੋਂ ਆਹ ਖੁਸ਼ਬੋ ਆਵੇ ਸਮਝਿਆ ਜੇ ਮੁਹੰਮਦ ਹੋਏ ਆਇਆ ਹੈ। ਉਹ ਮਾਪੇ ਨਿਸ਼ਾਨੀਆਂ ਦੱਸ ਕੇ ਗਏ ਸਨ, ਉਹ ਨਿਸ਼ਾਨੀਆਂ ਬਘਿਆੜਾਂ ਨੂੰ ਯਾਦ ਸਨ, ਵੇਖ ਕੇ ਪੈ ਬਘਿਆੜ ਤੇ ਬਘਿਆੜ ਰਹਿ ਗਿਆ। 12 ਰਬੀਉਲ ਅਵਲ ਮੈਂ ਸਮੁੰਦਰੀ ਪੜ੍ਹਨਾ ਹੀ ਤੈਨੂੰ ਮੈਂ ਦੱਸਣਾ, ਪੱਥਰ ਨਬੀ ਨੂੰ ਕਿਵੇਂ ਪਹਿਚਾਣਦੇ ਸੀ। ਜ਼ਿੰਦਗੀ 'ਚ ਪਹਿਲੀ ਵਾਰੀ ਮੈਂ ਮੌਜੂ ਪੜ੍ਹਨਾ ਹੈ ਪੱਥਰਾਂ ਵਾਲਾ, ਉੱਥੇ ਸੁਣੀ ਆ ਕੇ ਨਵਾਂ ਮੌਜੂ 12 ਰਬੀਉਲ ਦੀ ਰਾਤ ਸਮੁੰਦਰੀ। ਸੁਣ ਗੌਰ ਦੇ ਨਾਲ, ਮੈਂ ਮਿਹਨਤ ਕਰਦਾ ਹੱਕ ਹਲਾਲ ਦੇ ਪੈਸੇ ਕਮਾਉਣਾ, ਸ਼ੇਰ ਪੜ੍ਹ ਕੇ ਨਹੀਂ ਟੁੱਟ ਜਾਂਦਾ, ਸਮਝਾ ਕੇ ਜਾਂਦਾ। ਸੁਣ ਗੌਰ ਦੇ ਨਾਲ, ਥੋੜ੍ਹੀ ਦੇਰ ਤੋਂ ਬਾਅਦ ਅੰਮਾ ਜੀ ਕਹਿੰਦੇ ਨੇ ਬੱਦਲ ਫੇਰ ਆ ਗਿਆ, ਹੁਣ ਮੇਰਾ ਲਾਲ ਕੱਲਾ ਨਹੀਂ, ਚਾਰ ਪਾਈ ਤੇ ਆ, ਜ਼ੁਲਫਾਂ 'ਚੋਂ ਪਾਣੀ ਦੇ ਕਤਰੇ ਭਵਕਦੇ ਨੇ, ਉੱਤੇ ਸਬਜ਼ ਦੁਸ਼ਾਲਾ ਜੰਨਤ ਹੈ, ਹੱਥ ਵਿੱਚ 3 ਕੁੰਜੀਆਂ ਨੇ। ਬਈ ਇਮਾਨਦਾਰੀ ਨਾਲ ਦੱਸੋ ਇਮਰਾਨ ਸਾਹਿਬ, ਵੀ ਪਹਿਲੇ ਦਿਨ ਦਾ ਬੱਚਾ ਹੋਵੇ, 2 ਘੰਟੇ ਜੇ ਪੈਦਾ ਹੋਏ ਤਾਂ ਉਹ ਕੁੰਜੀਆਂ ਫੜ ਸਕਦਾ? ਬੋਲਿਆ ਨਹੀਂ ਤੂੰ, ਤੈਨੂੰ ਅਜੇ ਵੀ ਆਪਣਾ ਨਬੀ ਸਮਝ ਨਹੀਂ ਆਇਆ? ਜਿਹੜਾ ਜੰਮਦਿਆਂ ਹੀ ਕੁੰਜੀਆਂ ਫੜ ਲੈ, ਆਏ ਜਦੋਂ ਸੱਜੇ ਹੱਥੇ 3 ਚਾਬੀਆਂ, ਆਤਮ ਨੇ ਆਵਾਜ਼ ਵਾਲੀ, ਪਹਿਲੀ ਚਾਬੀ ਮਦਦ ਦੀ, ਦੂਜੀ ਚਾਬੀ ਨਫਿਆਂ ਦੀ, ਤੀਜੀ ਚਾਬੀ ਨਬੂਵਤ ਦੀ। ਯਾ ਅੱਲਾ ਮਦਦ, ਮੈਂ ਵੀ ਆਨਾ ਯਾ ਅੱਲਾ ਮਦਦ, ਮਦਦ ਅੱਲਾ ਹੀ ਕਰਦਾ, ਕੋਈ ਸ਼ੱਕ ਨਹੀਂ। ਕੌਣ ਮਦਦ ਕਰਦਾ? ਸਾਰੇ ਬੋਲੋ ਕੌਣ ਕਰਦਾ? ਮੈਂ ਘਰ ਪਹੁੰਚਾਂ, ਕਾਰ ਜਾ ਕੇ ਗਰਾਜ ਖੜੀ ਕਰ ਦਿਆ, ਮੇਰਾ ਗੰਨ ਮੈਂ ਤਾਲਾ ਮਾਰ ਕੇ ਚਾਬੀ ਲੈ ਜਾ, ਹੁਣ ਮੈਨੂੰ ਕਾਰ ਚਾਹੀਦੀ ਹੈ, ਮਾਲਕ ਮੈਂ ਆ, ਉਡੀਕਾਂਗਾ ਚਾਬੀ ਵਾਲਾ ਆਵੇ। ਹਾਏ ਹੋਏ, ਉਹ ਤਾਲਾ ਖੋਲੇ, ਤਾਲਾ ਖੋਲੇ ਤੇ ਮੈਂ ਕਾਰ ਕੱਢਾਂ, ਮੇਰੇ ਪੁੱਤਰ ਨੂੰ ਚਾਹੀਦੀ ਹੋਵੇ, ਉਹ ਵੀ ਉਡੀਕੇਗਾ ਚਾਬੀ ਵਾਲਾ। ਮੁੱਲਾ, ਮਦਦ ਅੱਲਾ ਕਰਦਾ, ਕਰੇਗਾ ਉਦੋਂ ਜਦੋਂ ਚਾਬੀ ਵਾਲਾ ਮਦਦ ਦੀ ਕੁੰਜੀ ਖੋਲੇ। ਆਜ ਲੈ ਉਨਕੀ ਪਨਾ, ਆਜ ਮਦਦ ਮਾਂਗੁਨ ਸੇ, ਆਜ ਲੈ ਇਨਕੀ ਪਨਾ, ਆਜ ਮਦਦ ਮਾਂਗੁਨ ਸੇ। ਕਿਆ ਲੁਥ ਜੋ ਗਿਣ ਗਿਣ ਕੇ ਤੇਰਾ ਥੁੱਕ ਲਾ ਕੇ ਸੁੱਟਣ ਡਿਆ, ਇੱਥੇ ਤੇ ਲੋਕੀ ਹਜ਼ਾਰਾਂ ਸੁੱਟਦੇ ਨੀ, ਕਦੀ ਜਾ ਕੇ ਵੇਖ ਬੋਰੀਆਂ ਸੁੱਟਦੇ ਨੀ, ਮੇਰੇ ਫਿਕਰਿਆਂ ਦੀ ਕੀਮਤ ਅਦਾ ਕਰ। ਆਜ ਲੈ ਪਨਾ, ਆਜ ਮਦਦ ਮਾਂ, ਚੱਸ ਲੈ ਇਹਦੇ ਥੁੱਕ ਲਾਉਣ ਤੇ, ਚੱਸ ਲੈ ਕਿਹੜਾ ਹੈ ਜੰਨਤ ਦਾ ਬੂਹਾ ਪਿਆ ਖੜਕਦਾ, ਕਿਹੜਾ ਹੈ ਅੰਦਰੋਂ ਰਿਜ਼ਵਾਨ ਪੁੱਛਦਾ, ਓਏ ਗੱਲ ਸੁਣ, ਮੈਂ ਨਸਲ ਇਨਸਾਨੀ ਦਾ ਅੱਬਾ, ਆਦਮ ਨਾ ਹੈ, ਬਾਹਰ ਗਰਮੀ ਬੜੀ ਹੈ, ਕੁੰਡੀ ਖੋਲ, ਬਾਬਾ ਜੀ ਅਜੇ ਕੁੰਜੀ ਵਾਲਾ ਨਹੀਂ ਆਇਆ, ਜਿਹਨੂੰ ਚੱਸ ਆਈ ਹੱਥ ਤੇ ਉਹਨੇ ਖੜਾ ਕਰਨਾ, ਅਜੇ ਚਾਬੀ ਵਾਲਾ ਤੂੰ ਪੁੱਤਰ ਭਾਵੇਂ ਲਾਹੌਰ ਪੜ੍ਹਨਾ, ਇਹ ਸੌਦਾ ਨਜ਼ਮ ਸ਼ਾਹ ਕੋਲੀ, ਅਜੇ ਚਾਬੀ ਵਾਲਾ ਨਹੀਂ ਆਇਆ। ਫਿਰ ਕੁੰਡੀ ਖੜਕੀ, ਕੌਣ ਹੋ?
ਸਾਢੇ 900 ਸਾਲ ਪਿੰਡ ਚ ਗੱਜਣ ਵਾਲਾ ਨੂਹ ਨਬੀਆਂ ਗਰਮੀ ਬੜੀ ਕੁੰਡੀ ਕੋਲ, ਬਾਬਾ ਜੀ ਅਜੇ ਚਾਬੀ ਵਾਲਾ ਸਵਾਦ ਲੈ ਆਇਆ। ਫਿਰ ਦਰਵਾਜ਼ਾ ਖੜਕਿਆ ਕੌਣ ਹੈ? ਬੇਖਤਰ ਕੂਦ ਪੜਾ ਆਤਸ਼ ਨਮਰੂਦ ਮੈਂ ਖਲੀਲੁੱਲਾ ਵਾਂ ਕੁੰਡੀ ਖੋਲ। ਅਜੇ ਬਾਬਿਓ ਕੁੰਜੀ ਵਾਲਾ ਕੌਣ ਹੈ? ਤੂਰ ਤੇ ਗੱਲਾਂ ਕਰਨ ਵਾਲਾ ਕੁੰਡੀ ਖੋਲ। ਅਜੇ ਚਾਬੀ ਵਾਲਾ ਨਹੀਂ ਆਇਆ। ਕੌਣ ਹੈ? ਠੋਕਰਾਂ ਨਾਲ ਮੁਰਦੇ ਜ਼ਿੰਦਾ ਕਰਨ ਵਾਲਾ ਈਸਾ ਕੁੰਡੀ ਖੋਲ। ਅਜੇ ਚਾਬੀ ਵਾਲਾ ਨਹੀਂ। 41 ਵਾਲਿਓ, ਅਗਰ ਮੂਡ ਠੀਕ ਹੋਵੇ ਤੇ ਚਾਬੀ ਵਾਲੇ ਨੂੰ ਲਿਆਈਏ। ਹਰ ਨਜ਼ਰ ਕਾਂਪ ਉੱਠੇ ਕਿ ਮੈਂ ਸ਼ਰ ਕੇ ਦਿਨ ਖੌਫ ਸੇ ਹਰ ਕਲਈ ਜਾ ਦਖਲ ਜਾਏਗਾ ਓੜ ਕਰ ਕਾਲੀ ਕਮਲੀ ਵੋ ਆ ਜਾਏਗੇ ਸਾਰਾ ਮਹਿਸ਼ਰ ਕਾ ਨਕਸ਼ਾ ਬਦਲ ਜਾਏਗਾ ਓੜ ਕਰ ਕਾਲੀ ਕਮਲੀ ਵੋ ਆ ਜਾਏਗੇ ਸਾਰਾ ਮਹਿਸ਼ਰ ਕਾ ਨਕਸ਼ਾ ਬਦਲ ਜਾਏਗਾ। ਮੇਰਾ ਨਬੀ ਬੁਰਾਕ ਦੇ ਸਵਾਰੇ ਲਗਾਮ ਬਲਾਲ ਦੇ ਹੱਥ। ਬਾਬਾ ਜੀ ਮੈਨੂੰ 3 ਸਾਲ ਹੋ ਗਏ ਜੀ ਹਜ਼ਰਤ ਬਲਾਲ ਹਬਸ਼ੀ ਦੀ ਕਬਰ ਨਾਲ ਢੋ ਲਾ ਕੇ ਖਿਤਾਬ ਕਰਦੇ ਆ। ਚਾਸੀ ਵੱਖਰੀ ਹੁੰਦੀ ਮੈਂ ਨਾਲ ਦਿਆਂ ਹਕੀਕਤ ਜਾਣ ਦੇ ਦਮਿਸ਼ਕ ਦੇ ਕਬਰਸਤਾਨ 'ਚ ਗੁਜ਼ਰ ਰਿਹਾ ਅਤੇ ਥੱਕ ਗਏ 10,000 ਕਬਰਾਂ ਨੇ ਉੱਥੇ ਅਤੇ ਉਹ ਮੇਰੇ ਨਾਲ ਦੇ ਕਹਿੰਦੇ ਬਾਬਾ ਬੱਸ ਕਰ ਆਉਣ। ਮੈਂ ਕਿਹਾ ਯਾਰ ਉਹ 2 ਨਿੱਕੇ ਨਿੱਕੇ ਗੁੰਬਦ ਨੇ ਅਤੇ ਉਹ ਖਿੱਚ ਪੈਂਦੀ ਉੱਥੇ ਕੀ ਹੈ? ਉਹਨਾਂ ਕਹਿ ਰਹੇ ਹਨ। ਮੈਂ ਕਿਹਾ ਤੁਸੀਂ ਖਲੋਵੋ ਅਤੇ ਆਹ ਨਾਲ ਤੇ 30 ਗਜ਼ ਦੇ ਫਾਸਲੇ ਦੇ ਮੈਂ ਜਦੋਂ ਗਿਆ ਨਾ ਅਤੇ ਉਹਦੇ ਉੱਤੇ ਲਿਖਿਆ ਹੋਵੇ ਮਲਕਾ ਹਬਸ਼ ਮੈਮੂਨਾ ਕਨੀਜ਼ੇ ਫਾਤਮਾ ਤੋਂ ਜ਼ਹਰਾ ਫਿਜ਼ਾ। ਉਹ ਮੈਂ ਕਿਹਾ ਭੱਜੋ ਏ ਇੱਥੇ ਉਹ ਸੁੱਤੀ ਜੈਦੀ ਦੀ ਝੋਲੀ 'ਚ ਹਸਨ ਵੀ ਖੇਡਿਆ ਹੁਸੈਨ ਵੀ ਖੇਡਿਆ। ਦਰਵਾਜ਼ਾ ਖੋਲਿਆ ਮੈਂ ਸਲਾਮ ਕੀਤਾ ਅੱਧਾ ਘੰਟਾ ਖਿਤਾਬ ਕੀਤਾ। ਮੇਰੇ ਮੁੰਡੇ ਨੂੰ ਮੈਂ ਕਿਹਾ ਇਰਫਾਨ ਸ਼ਾਹ ਨੂੰ ਮੈਂ ਕਿਹਾ ਯਾਰ ਅਗਲਾ ਤੇ ਵੀ ਉਹ ਆਂਦਾ ਹੋਇਆ ਅੱਬਾ ਉਧਰ ਛੱਡੋ ਏ ਨਬੀ ਦਾ ਪਾਂਗਾ ਇੱਥੇ ਸੁੱਤਾ ਹੀ। ਇੱਕ ਵਾਰੀ ਸੁਭਾਨ ਅੱਲਾਹ ਕਹਿ ਸੁਣ ਗੌਰ ਦੇ ਨਾਲ ਥੱਕ ਪਿਆ ਮੇਰੇ ਖਿਆਲ ਕੀ ਪੜ ਰਿਹਾ ਸਲਾਮ ਕੁੰਡੀ ਖੋਲ ਬੁਰਾਕ ਤੇ ਮੇਰਾ ਨਬੀ ਸਵਾਰ ਏ ਮੁਹਾਰ ਬਲਾਲ ਦੇ ਹੱਥੇ ਚ ਨਖਰਾ ਵੇਖ ਨਬੀ ਦੇ ਨੌਕਰ ਦਾ ਕਿਹੜਾ ਹੈ ਬਲਾਲ ਕੁੰਡੀ ਖੋਲ ਓਏ ਅਜੇ ਚਾਬੀ ਵਾਲਾ ਨਹੀਂ ਆ ਵੇਖ ਨਾ ਕਹਿੰਦਾ ਖੋਲ ਮੈਂ ਲੈ ਕੇ ਆਇਆ। ਜਿਹਨਾਂ ਨੂੰ ਸਵਾਦ ਆਇਆ ਉਹਦੇ ਬੋਲੋ ਯੇ ਸ਼ਾਨ ਹੈ ਖਿਦਮਤਗਾਰੋਂ ਕੀ ਸਰਦਾਰ ਕਾਲ ਖੋਲੋ ਮੈਂ ਲੈ ਕੇ ਆਇਆ। ਅੱਜ ਦਾ ਸਿਰਾ ਤੇਰੇ ਸਿਰੇ ਨਾ ਤੂੰ ਐਤ ਪੜਦਾ ਨਾ ਮੈਂ ਸਮਜ਼ੂਨ ਪੜਦਾ ਆ ਗੱਲ ਸੁਣ ਗੌਰ ਦੇ ਨਾਲ ਖੁੱਲ ਗਿਆ। ਹੁਣ ਸੋਚ ਕੇ ਦੱਸੋ 1000 ਬੰਦਾ ਬੈਠੇ ਹੋ ਪਹਿਲਾਂ ਨਬੀ ਅੰਦਰ ਜਾਣਾ ਕਿ ਬਲਾਲ ਹੈ? ਲੱਜ ਭਾਲੀ ਵੇਖੀ ਆ ਸੋਹਣਿਆਂ ਦੀ ਨੌਕਰ ਪਹਿਲੇ ਬੋਲ ਨੌਕਰ ਤੇ ਮਾਲਕ ਨੇ ਚੱਸ ਜੇ ਨਹੀਂ ਆਈ ਇਹ ਆ ਕਦਮ ਆਤਰ ਰੱਖਿਆ ਬਲਾਲ ਨੇ ਜੰਨਤ ਦੇ ਬੂਹੇ ਤੇ ਤੇ ਆਵਾਜ਼ੇ ਕੁਦਰ ਛੱਡ ਦਾ ਡੋਰ ਦਰਵਾਜ਼ਾ ਬੰਦ ਕਰ ਯਾ ਅੱਲਾ ਇਹ ਬੂਹਾ ਬੰਦ ਕਰਵਾ ਕੇ ਜੰਨਤ ਦਾ ਇਹ ਬਲਾਲ ਦੀ ਬੇਇੱਜ਼ਤੀ ਕਰਨਾ ਚਾਹੁੰਦਾ? ਅੱਲਾ ਨੇ ਕਿਹਾ ਨਹੀਂ
ਓਏ ਬੋਲੀ ਯਾਰ ਨਹੀਂ ਬੋਲੇਗਾ ਤੇ ਚੱਸ ਹੈਗੀ ਨਹੀਂ ਫਰਮਾਇਆ ਫਿਰ ਕੀ ਚਾਹਨਾ ਫਰਮਾਇਆ ਮੈਂ ਜੰਨਤ ਕਾਲਿਆਂ ਲਈ ਨਹੀਂ ਬਣਾਈ ਮੈਨੂੰ ਨਹੀਂ ਪਤਾ ਤੂੰ ਇੱਥੇ ਉੱਠੇਗਾ ਜਾਂ ਕੀ ਕਰੇਗਾ ਤਵੱਜੋ ਮੇਰਾ ਰੱਖ ਬਲਾਲ ਰੁਕ ਜਬਰੀਲ ਇਹਦੇ ਸਿਰ ਤੋਂ ਲੱਗ ਕੇ ਪੈਰਾਂ ਤੱਕ ਹੱਥ ਫੇਰ ਜਬਰੀਲ ਹੱਥ ਫੇਰਦਾ ਜਾਂਦਾ ਕਾਲਖ ਉਤਰਦੀ ਜਾਂਦੀ ਹੈ ਯੂਸਫ ਮਿਸਰੀ ਦਾ ਹੁਸਨ ਆਉਂਦਾ ਜਾਂਦਾ ਹੁਣ ਜਬਰੀਲ ਦੇ ਹੱਥ ਚ ਕਾਲਖ ਹੈ ਬਲਾਲ ਦੀ ਜੰਨਤ ਦਾ ਬੂਹਾ ਆਕਾ ਬੁਰਾਕਦੇ ਨੇ ਅੱਲਾ ਜੀ ਇਹਦਾ ਕੀ ਕਰਾਂ ਅੱਲਾ ਜੀ ਇਹਦਾ ਕੀ ਕਰਾਂ ਇਹ ਬਲਾਲ ਦੀ ਸਿਆਹੀ ਹੈ ਇਹਨੂੰ ਤੂਰ ਤੇ ਸੁੱਟਾਂ ਵਾ ਅੱਲਾ ਨੇ ਕਹਿਣਾ ਇਹਨੂੰ ਅਬੂ ਕਬੈਸ ਤੇ ਸੁੱਟਾਂ ਫਰਮਾਇਆ ਨਾ ਕਾਬੇ ਦੀ ਛੱਤ ਤੇ ਸੁੱਟਾਂ ਵਾ ਫਰਮਾਇਆ ਨਾ ਇੱਕ ਮਿੰਟ ਰੁਕ ਜਾ ਭਾਈ ਰੁਕ ਜਾ ਤੂੰ ਬਾਰ ਬਾਰ ਡਿਸਟਰਬ ਕਰਨਾ ਹੈ ਬਾਰ ਬਾਰ ਤਵੱਜੋ ਰੁਕ ਜਾ ਫਿਰ ਸਮਝ ਇਹਦਾ ਕੀ ਕਰਾਂ ਜਾਗੀ ਤੇ ਨਾਰਾ ਮਾਰੀ ਅੱਲਾ ਨੇ ਕਿਹਾ ਜਿੰਨੀਆਂ ਹੂਰਾਂ ਨੇ ਨਾ ਕਤਾਰਾਂ ਬਣਾ ਦੇ ਹਰ ਹੂਰ ਦੀ ਸੱਜੀ ਗੱਲ ਤੇ ਕਾਲਾ ਤਿਲ ਬਣਾਉਂਦਾ ਜਾ ਹੁਣ ਪੜ ਜੇ ਸ਼ਾਨ ਹੈ ਖਿਦਮਤ ਸਰਦਾਰ ਕਾ ਕੋਈ ਸਾਰੀ ਕੇ ਬੋਰ ਹੋ ਰਹੇ ਹੋ ਆਏ ਹਾਏ ਔਰਤ ਦਾ ਹੁਸਨ ਹੁੰਦਾ ਹੀ ਤਿਲ ਨਾਲ ਆਏ ਹਾਏ 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 ਬਲਾਲ ਤੇਰੇ ਮੁਕੱਦਰ ਤੋਂ ਕੁਰਬਾਨ ਜਾਵਾਂ ਸਰਕਾਰ ਜੰਨਤ ਹੀ ਗਿਆ ਕਿਉਂਕਿ ਬਲਾਲ ਦੀ ਗੱਲ ਤੇ ਜ਼ਿਹਨ ਚ ਆ ਗਿਆ ਇੱਕ ਹੂਰ ਮੂੰਹ ਤੇ ਹੱਥ ਵੀ ਧੋਂਦੀ ਏ ਕੌਸਰ ਤੇ ਬਹਿ ਕੇ ਦੂਜੀ ਨੇ ਕਿਹਾ ਉੱਠ ਨੀ ਲੱਜ ਪਾਲ ਆ ਗਈ ਕੰਨ ਖੋਲ ਕੇ ਸੁਣੀ ਉੱਠ ਨੀ ਸੋਹਣਾ ਆ ਗਈ ਕਹਿੰਦੀ ਕੌਣ ਉਹਨੇ ਕਿਹਾ ਜਨਤਾ ਦਾ ਵਾਰਸ ਆ ਗਈ ਕਰੀਬ ਆਏ ਉੱਠੀ ਇਹਨੇ ਅੰਜ ਸਲਾਮ ਕੀਤਾ ਨਬੀ ਨੇ ਸਿਰ ਤੇ ਪਿਆਰ ਦੇ ਕੇ ਕਿਹਾ ਮੇਰੇ ਅਦਬ ਲਈ ਉੱਠੀ ਏ ਜਾ ਤੈਨੂੰ ਬਲਾਲ ਦਿੱਤਾ ਓਏ ਤੇਰੇ ਚੁੱਪ ਤੇ ਮੂਡ ਬਣਾਉਣ ਤੋਂ ਰੱਬ ਤੇਰੀ ਬੂਥੀ ਕਬਰ ਚੇਂਜੀ ਬਣਾਈ ਰੱਖੇ ਜਾ ਤੈਨੂੰ ਬਲਾਲ ਦਿੱਤਾ ਇਹ ਹੂਰ ਕੰਬੀ ਉਹਨੇ ਕਿਹਾ ਲੱਜ ਪਾਲਾ ਇਹ ਕੀ ਕਿਹਾ ਜੇ ਮੈਂ ਹੁਸਨ ਦਾ ਸ਼ਾਹਕਾਰ ਉਹ ਰੰਗ ਦਾ ਕਾਲਾ ਮੇਰਾ ਨੱਕ ਸਤਵਾਂ ਉਹਦਾ ਨੱਕ ਫੀਨਾ ਆਕਾ ਇਹ ਕੀ ਮੇਰੇ ਨਬੀ ਜਲਾਲ ਚਾ ਕੇ ਕਹਿ ਬੈਠੇ ਚੂੰਕਿ ਮੈਂ ਕੁੜੀਏ ਕਹਿ ਬੈਠਾ ਮੈਂ ਖੁਦ ਸੋਚ ਰਿਹਾ ਮੇਰਾ ਯਾਰ ਤੈਨੂੰ ਪਸੰਦ ਵੀ ਕਰਦਾ ਹੈ ਕਿ ਨਹੀਂ ਓ ਜਾਗ ਮੈਂ ਕਹਿ ਤੇ ਬੈਠਾ ਮੇਰਾ ਯਾਰ ਤੈਨੂੰ ਪਸੰਦ ਵੀ ਕਰਦਾ ਕਿ ਨਹੀਂ ਆ ਗਿਆ ਨਬੀ ਜ਼ਮੀਨ ਤੇ ਸਾਬਾ ਅੱਗੇ ਮਹਾਰਾਜ ਦੀਆਂ ਗੱਲਾਂ ਹੋਣ ਲੱਗ ਪਈਆਂ ਸਵਾਬਾ ਉੱਠੇ ਬਲਾਲ ਨੂੰ ਕਿਹਾ ਤੂੰ ਬੈਠਾ ਰਹੋ ਸਾਰੇ ਫਿਰ ਮੈਂ ਕੁੰਡੀ ਮਾਰ ਇਹ ਹੁਣ ਨਬੀ ਲੱਗੇ ਨੇ ਸੁਣਾ ਬਲਾਲ ਹੈ ਜੰਨਤ ਹੋਵੇ ਸੁਭਾਨ ਅੱਲਾ ਯਾ ਰਸੂਲ ਅੱਲਾ ਹੂਰਾਂ ਦੀ ਸਰਦਾਰ ਹੋਵੇ ਸੁਭਾਨ ਅੱਲਾ ਯਾ ਰਸੂਲ ਅੱਲਾ ਜੇ ਤੇਰਾ ਉਹਦੇ ਨਾਲ ਵਿਆਹ ਕਰ ਦਈਏ ਕੁਰਾਨ ਦੀ ਕਸਮ ਚੀਖ ਮਾਰ ਕੇ ਨਾ ਪੈਰਾਂ 'ਚ ਡਿੱਗ ਕੇ ਚੁੰਮ ਕੇ ਅੰਜ ਕਰਕੇ ਮੈਂ ਲਿੱਤਰ ਹੂਰਾਂ ਬਦਲੇ ਨਹੀਂ ਤੇਰੇ ਬਦਲੇ ਖਾ ਕੋਈ ਚਾਹ ਸਾਰੀ ਹੈ ਮਿਲਾ ਦੀ ਕੋਈ ਸਵਾਦ ਆ ਗਿਆ ਬਾਬਾ ਜੀ ਸਾਡੇ ਕੋਲੋਂ 40,000 ਲੈ ਲਿਆ ਉਹਨੇ ਚੱਲਿਆ ਇੱਥੇ ਤੇ ਲੱਖ ਲੱਖ ਲੈ ਕੇ ਬੈਠੇ ਨੀ ਮੇਰੇ ਇੱਕ ਇੱਕ ਫਿਕਰੇ ਦੀ ਕੀਮਤ 40,000 ਤੂੰ ਸਮਝਦਾ ਕੀ ਹੈ ਤਵੱਜੋ ਫਿਰ ਇਹ ਮੈਂ ਪੜਿਆ ਸਿਰਫ ਇਮਰਾਨ ਦੀ ਖਾਤਰ ਵਗਨਾ ਤਿੰਨ ਤੇ ਟਰਖਾ ਕੇ 2 ਮਿੰਟ ਜਾਣਾ ਖੱਬੇ ਆਦਾ ਕੰਮ ਸੀ ਯਕੀਨ ਜਾਣ ਜਿਵੇਂ ਜੀ ਤੁਸੀਂ ਗੱਲ ਕਰ ਦਿੱਤੀ ਹੈ ਫਿਰ ਸਮਝ ਫਿਰ ਸਮਝ ਇਹਨੂੰ ਕੀ ਆਂਦੇ ਨੇ ਬਲਾਲ ਤੇਰਾ ਕੋਈ ਫਿਰ ਕੀ ਆਂਦੇ ਨੇ ਯਾਰ ਮੈਂ ਇੱਕ ਹੋਰ ਗੱਲ ਦੇਣ ਜਾ ਕੇ ਮੁਰਸ਼ਦ ਤੇਰੇ ਵਾਸਤੇ ਇਹ ਨਬੀ ਕਰੀਮ ਨੇ ਫਰਮਾਇਆ ਮੈਨੂੰ ਯਮਨ ਵੱਲੋਂ ਨਾ ਅੱਲਾ ਦੇ ਸਾਹਾਂ ਦੀ ਖੁਸ਼ਬੂ ਆਉਂਦੀ ਹੈ
ਸਿਆਪਾ ਨੇ ਕਿਹਾ ਯਾਰ ਸੁਲਾ ਉੱਥੇ ਕੌਣ ਹੈ? ਫਰਮਾਇਆ ਮੇਰਾ ਇੱਕ ਆਸ਼ਿਕ ਹੈ, ਅਵੈਸ ਉਹਦਾ ਨਾਂ ਹੈ। ਨਾ 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 ਮੈਂ ਇੱਕ ਗੱਲ ਕਰਨ ਲਈ ਛੇੜਿਆ, ਇਹ ਇੱਕ ਗੱਲ ਕਰ ਲਈ। ਉਹਨਾਂ ਕਿਹਾ ਯਾਰ ਸੁਲਾ ਐਡਾ ਆਸ਼ਿਕ ਫਿਰ ਮਿਲਦਾ ਕਿਉਂ ਨਹੀਂ? ਫਰਮਾਇਆ ਉਹਦੀ ਮਾਂ ਬੁੱਢੀ ਹੈ, ਅੱਖਾਂ ਤਨਬੀਨੀ ਹੈ, ਦਿਨੇ ਉੱਠ ਚਾਰਦਾ, ਰਾਤ ਨੂੰ ਮਾਂ ਨੂੰ ਕੁੱਟਦਾ, ਤਾਂ ਨਹੀਂ ਆ ਸਕਦਾ। ਆਵੇਗਾ ਲੇਕਿਨ ਤੁਸਾਂ ਪਛਾਣਨਾ ਨਹੀਂ। ਮੈਂ ਇਪਣਾ ਗੱਲ ਘੰਟਾ ਲੱਗ ਜਾਏਗਾ, ਮੈਂ ਇੱਕ ਗੱਲ ਵਿੱਚ ਉਹਦੇ ਚੁਣੀ ਹੈ। ਇਹ ਅਦਰਤ ਅਵੈਸੇ ਕਰਨੀ, ਜਿਹੜਾ ਬੋਲਿਆ ਜੀ ਅਵੈਸੇ ਕਰਨੀ, ਲੰਬੀ ਗੱਲ ਹੈ ਲੇਕਿਨ ਮੈਂ ਸ਼ਾਰਟ ਕਰਕੇ ਇਹਦੇ ਬਾਰੇ ਬੋਲ ਰਿਹਾ। ਇਹ ਕਿਆਮਤ ਵਾਲੇ ਦਿਨ, ਛੱਡਤਾ ਸਾਰਾ ਵਾਕਿਆ, ਇਹ ਕਿਆਮਤ ਵਾਲੇ ਦਿਨ 7000 ਫਰਿਸ਼ਤਾ ਅਵੈਸ ਦੀ ਸ਼ਕਲ ਦਾ ਰੱਬ ਬਣਾ ਦੇਗਾ ਅਤੇ ਇਹਦੇ ਚਾਰ ਚਫੇਰੇ ਘੇਰਾ ਪਾ ਲੈਣਗੇ। ਉਹ ਪਤਾ ਹੀ ਨਹੀਂ ਲੱਗੇਗਾ ਅਸਲ ਕਿਹੜਾ। ਰੱਬ ਕਹੇਗਾ ਜਿਵੇਂ ਦੁਨੀਆਂ 'ਚ ਲੁਕਿਆ ਰਿਹਾ ਨਾ, ਇੱਕ ਫਿਕਰਾ ਲੱਗਾ ਬੋਲਣ, ਇਵੇਂ ਤੂੰ ਇੱਥੇ ਵੀ ਲੁਕਿਆ ਰਹੋ, ਇੱਥੇ ਵੀ ਲੁਕਿਆ ਰਹੋ। ਜਦੋਂ ਇਹਨੂੰ ਮਿਲਣ ਵਾਸਤੇ ਹਜ਼ਰਤ ਅਲੀ ਤੇ ਉਮਰ ਗਏ ਨਾ, ਤੇ ਬਲਾਲ ਕਹਿਣ ਲੱਗੇ ਮੈਂ ਵੀ ਜਾਣਾ। ਪਤਾ ਨਹੀਂ ਕੀ ਸੁਣਾਉਣ ਲੱਗਾ ਤੈਨੂੰ। ਹਜ਼ਰਤ ਬਲਾਲ ਨੇ ਜਿਵੇਂ ਮੁੰਡਾ ਨਾ ਦਾ, ਮੈਂ ਵੀ ਮੇਲੇ ਤੇ ਜਾਣਾ, ਮੈਂ ਵੀ ਜਾਣਾ। ਹਜ਼ਰਤ ਅਲੀ ਕਹਿਣ ਲੱਗੇ ਤੂੰ ਉਹਨੂੰ ਵੇਖ ਨਹੀਂ ਸਕਦਾ। ਹਾਏ ਹੋਏ ਬਲਾਲ ਦੀ ਸ਼ਾਨ ਜ਼ਰਾ ਵੇਖ, ਮੈਂ ਵੀ ਜਾਣਾ ਨਾਲ। ਆਪਨੇ ਫਰਮਾਇਆ ਤੂੰ ਬਰਦਾਸ਼ਤ ਨਹੀਂ ਕਰਦਾ, ਜਾਣਾ। ਹਜ਼ਰਤ ਅਲੀ ਨੇ ਕਿਹਾ ਬਹਿ ਜਾ ਮਗਰ। ਹਜ਼ਰਤ ਉਮਰ ਇੱਕ, ਹਜ਼ਰਤ ਅਲੀ ਦੋ, ਔਰ ਬਲਾਲ ਤਿੰਨ। ਇਹ ਆ ਗਏ ਕੂਫੇ, ਖੜਿਆ ਕੇ ਪੁੱਛਿਆ ਹੋਏ ਇੱਥੇ ਕੋਈ ਕਰਨ ਦਾ ਰਹਿਣ ਵਾਲਾ ਆਇਆ? ਇੱਕ ਬੁੱਢਾ ਬੰਦਾ ਖੜਿਆ, ਉਹਨੇ ਕਿਹਾ ਜੀ ਮੈਂ। ਫਰਮਾਇਆ ਉੱਥੇ ਕੋਈ ਅਵੈਸ ਨਾਂ ਦਾ ਬੰਦਾ ਹੈ? ਉਹਨਾਂ ਕਿਹਾ ਜੀ ਉਹੋ ਜਿਹਾ ਬੰਦਾ ਕੋਈ ਨਹੀਂ ਜਿਹਨੂੰ ਮਿਲਣ ਤੁਸੀਂ ਆਏ ਹੋ। ਅਲੀ ਉਮਰ ਔਰ ਬਲਾਲ ਵਰਗੇ ਉਹ ਇੱਕ ਹੈ ਵੀ ਦੀਵਾਨਾ ਜਿਹਾ, ਲੋਕੀ ਰੋਂਦੇ ਨੇ ਤੂੰ ਹੱਸਦਾ, ਲੋਕੀ ਹੱਸਦੇ ਨੇ ਤੇ ਉਹ ਰੋਂਦਾ, ਦਿਨੇ ਉੱਠ ਚਾੜਦਾ, ਰਾਤ ਨੂੰ ਮਾਂ ਨੂੰ ਘੁੱਟਦਾ। ਅਲੀ ਕਹਿਣ ਲੱਗੇ ਉਸੇ ਨੂੰ ਲੱਭਦੀ ਅਸੀਂ ਫਿਰਦੇ ਹਾਂ, ਦੱਸ ਹੋਏ ਕਿੱਥੇ ਲੁਕਿਆ? ਉਹਨਾਂ ਕਿਹਾ ਇਸ ਪਹਾੜ ਦੇ ਪਿਛਲੇ ਪਾਸੇ ਹੱਲ। ਕਦੀ ਅਵੈਸ ਸੁਣੀ ਮੈਨੂੰ ਸੱਦ ਕੇ ਤੇ ਫਿਰ ਡੇਢ ਘੰਟਾ ਸੁਣਾਵਾਂਗਾ। ਇਹਦੇ ਪਿਛਲੇ ਪਾਸੇ ਉੱਠ ਕੇ ਚਾੜਦਾ। ਅਲੀ ਕਹਿਣ ਲੱਗੇ ਹਜ਼ਰਤ ਉਮਰ ਨੂੰ ਅਮੀਰ ਮੋਮਿਨ ਬਹਿ ਜਾਣਾ, ਜਾ ਬਈ ਬਲਾਲ ਪਹਿਲੇ ਤੂੰ ਵੇਖ। ਉਹ ਮੈਂ ਤੈਨੂੰ ਕੀ ਸੁਣਾ, ਬਲਾਲ ਤੂੰ ਵੇਖ। ਅੱਧਾ ਘੰਟਾ ਗੁਜ਼ਰ ਗਿਆ, ਬਲਾਲ ਨਹੀਂ ਆਏ, ਘੰਟਾ ਗੁਜ਼ਰ ਗਿਆ ਨਹੀਂ ਆਏ। ਹਜ਼ਰਤ ਉਮਰ ਕਹਿਣ ਲੱਗੇ ਕਿੱਧਰ? ਫਰਮਾਇਆ ਤੈਨੂੰ ਜੋ ਮਨਾ ਕੀਤਾ ਸੀ ਨਾਲ ਜਾ, ਤੈਨੂੰ ਜੋ ਮਨਾ ਕੀਤਾ ਸੀ ਨਾਲ ਜਾ, ਆ ਚੱਲੀਏ। ਵੇਖਿਆ ਤੇ ਰਾਹ 'ਚ ਬੇਹੋਸ਼ ਪੈਣ। ਕਿਤਾਬਾਂ 'ਚ ਲਿਖਿਆ ਕਿ ਹਜ਼ਰਤ ਅਲੀ ਨੇ ਦਮ ਕੀਤਾ, ਮੂੰਹ 'ਤੇ ਛੱਟੇ ਮਾਰੇ, ਬਲਾਲ ਨੂੰ ਆਇਆ ਹੋਸ਼ ਬਣਾ ਸੁਣਾ, ਉਹਨੇ ਇੱਕ ਬੰਦਾ ਊਠ ਪਿਆ ਚੜਦਾ, ਉਹਨੇ ਮੈਨੂੰ ਵੇਖ ਕੇ ਇੱਕ ਵਾਰੀ ਹੂ ਕਿਹਾ। ਹਾਏ ਹਾਏ ਹਾਏ, ਸੋਚ ਅਵੈਸ ਕੀ ਹੈ, ਬਲਾਲ ਸਮਝ ਨਹੀਂ ਆਉਂਦਾ। ਕਿਆਮਤ ਦਾ ਦਿਨ ਆਏਗਾ ਜਦੋਂ ਇਹਦਾ ਕਦਮ ਜੰਨਤ ਦੇ ਬੂਹੇ ਤੇ ਆਏਗਾ, ਰੱਬ ਕਹੇਗਾ ਰੋਕ ਰੋਕ ਰੋਕ। ਬਾਬਾ ਜੀ ਇਹ ਸਾਰਾ ਸਾਲ ਦਾਤ ਦਿੰਦੇ ਰਹਿਣ, ਫਿਕਰੇ ਦਾਤ ਨਹੀਂ ਦੇ ਸਕਦੇ, ਰੋਕ ਕਿਉਂ? ਕਿਉਂ? ਅੱਲਾ ਕਹੇਗਾ ਮੈਂ ਆਪਣੀ ਜ਼ਾਤ ਨਾਲ ਵਾਅਦਾ ਕੀਤਾ ਕਿ ਜਿੰਨੀਆਂ ਬਨੂ ਮੁਦਰ ਤੇ ਬਨੂ ਰਬੀਆ ਦੀਆਂ ਭੇਡਾਂ ਤੇ ਬੱਕਰੀਆਂ ਗਿਣੀਆਂ ਨਹੀਂ ਸਨ ਜਾਂਦੀਆਂ, ਉਹਨਾਂ ਦੇ ਜਿਸਮਾਂ ਤੇ ਵਾਲ ਨੇ ਨਾ, ਉਹਨੇ ਬੰਦੇ ਮੈਂ ਦੋਜ਼ਖ ਵਿੱਚੋਂ ਕੱਢਣੇ ਨੇ। ਇਹਦੇ ਕਹਿਣ ਤੇ ਇਹਨੂੰ ਕਹੋ ਮੈਨੂੰ ਕਵੇ, ਓਏ ਕਾਸ਼ ਫਿਕਰਾ ਮੈਂ ਲਾਹੌਰ ਪੜਿਆ ਹੁੰਦਾ, ਇਹਨੂੰ ਕਹੋ ਅੱਗੋਂ ਬੋਲ ਸਵਾਦ ਤੇ ਲੈ, ਇਹਨੂੰ ਕਹੋ ਹੁਣ ਪੜੀਏ ਸ਼ਾਨ ਹੈ ਖਿਦਮਤਗਾਰਾਂ ਕੀ। ਸਰਦਾਰ ਕਾਲਮ ਕਿਆ ਹੋ, ਸਰਦਾਰ ਕਾਲਮ